ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਜਿਸ ਚੀਜ਼ ਬਾਰੇ ਡਿਸਕਸ ਕਰ ਰਹੇ ਹਾਂ ਉਸਦੇ ਬਾਰੇ ਲਗਾਤਾਰ ਗੱਲਾਂ ਕਰ ਰਹੇ ਸੀ ਕਿ PPSC ਆਪਣਾ JEE ਦਾ ਰਿਜ਼ਲਟ ਬਹੁਤ ਜਲਦ ਕੱਢ ਦੇਗਾ। ਦੈਨ ਇਹ ਵੀ ਕਹਿਤਾ ਸੀ ਗਿਲਸ ਮਿੰਟੋ ਨੇ ਕਿ ਮਈ 'ਚ ਕੱਢ ਦੇਗਾ। ਦੈਨ ਅੱਜ ਤੁਸੀਂ ਦੇਖੋਗੇ ਕਿ ਲਗਭਗ ਹਰੇਕ ਚੀਜ਼ ਹਰੇਕ ਟਾਈਮ 'ਤੇ ਗਿਲਸ ਮਿੰਟੋ ਦੀ ਸਹੀ ਹੁੰਦੀ ਆਈ ਹੈ। ਤਾਂ ਜੇ ਤੁਹਾਨੂੰ ਹਲੇ ਵੀ ਮਤਲਬ ਕੁਛ ਵੀ ਡਾਊਟ ਸੀ ਉਹ ਅੱਜ ਦੇ ਇਸ ਰਿਜ਼ਲਟ ਨਾਲ ਕਲੀਅਰ ਹੋ ਜਾਣਗੇ। ਇੱਕ ਤਰੀਕੇ ਦਾ ਰਿਜ਼ਲਟ ਹੀ ਨਿਕਲ ਕੇ ਆ ਗਿਆ ਕਿ ਜੋ ਸ਼ੋਰਟ ਲਿਸਟ ਹੋਏ ਨੇ JEE ਲਈ ਦੈਨ ਅਤੇ ਇੱਕ ਪ੍ਰੋਪਰ ਉਹਨਾਂ ਨੇ ਆਂਸਰ ਕੀ ਵੀ ਪਾਤੀ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੇ ਕਿਹੜੇ ਬੱਚੇ ਜਿਹੜੇ ਆ ਸਿਲੈਕਟਿਡ ਹੋ ਚੁੱਕੇ ਨੇ। ਦੈਨ JEE ਦੇ ਵਿੱਚ ਜਿਵੇਂ ਸਿਵਲ, ਪਬਲਿਕ ਅਤੇ ਹੈਲਥ ਸੈਕਸ਼ਨ ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਉਸਦਾ ਸ਼ੋਰਟ ਲਿਸਟ ਕੈਂਡੀਡੇਟਸ ਦਾ ਮਤਲਬ ਰਿਜ਼ਲਟ ਪ੍ਰੋਪਰ ਨਿਕਲ ਕੇ ਆ ਗਿਆ। ਠੀਕ ਹੈ, ਇਹਨਾਂ ਨੇ ਸਾਰਾ ਤੁਸੀਂ ਇਹ ਡਿਟੇਲ ਪੜ੍ਹ ਸਕਦੇ ਹੋ। ਦੈਨ ਕਿਹੜੇ ਕਿਹੜੇ ਬੱਚਿਆਂ ਨੂੰ ਕਿਸ ਕਿਸ ਸੈਕਸ਼ਨ ਵਿੱਚ ਮਤਲਬ ਅਲੋਡ ਕੀਤਾ ਜਾ ਸਕਦਾ ਹੈ। ਦੈਨ ਓਕੇ, ਤੁਸੀਂ ਇਹ ਸਾਰੀ ਚੀਜ਼ ਦੇਖ ਸਕਦੇ ਹੋ। ਪ੍ਰੋਪਰ ਉਹਨਾਂ ਨੇ ਸ਼ੋਰਟ ਲਿਸਟ ਕਰ ਦਿੱਤਾ। ਠੀਕ ਹੈ ਜੀ, ਆ ਸਾਰੀ ਲਿਸਟ ਉਹਨਾਂ ਨੇ ਸ਼ੋਰਟ ਲਿਸਟ ਕਰਤੀ, ਤੁਸੀਂ ਪੂਰਾ ਦੇਖ ਸਕਦੇ ਹੋ। ਠੀਕ ਹੈ, ਸੋ ਇਸਦੇ ਨਾਲ ਹੀ ਉਹਨਾਂ ਨੇ ਆਂਸਰ ਕੀ ਵੀ ਇਸਦੇ ਨਾਲ ਅਟੈਚ ਕਰਤੀ ਹੈ। ਇਸਦਾ ਪੂਰਾ ਫੁੱਲ ਨੋਟੀਫਿਕੇਸ਼ਨ ਤੁਹਾਨੂੰ ਅਸੀਂ PDF ਦੇ ਤੌਰ 'ਤੇ ਗਿਲਸ ਮੈਂਟੋਰ ਈ-ਲਰਨਿੰਗ ਟੈਲੀਗ੍ਰਾਮ ਚੈਨਲ ਆਪਣਾ ਜਿਸਦਾ ਡਿਸਕ੍ਰਿਪਸ਼ਨ ਬੋਕਸ ਤੁਹਾਨੂੰ ਲਿੰਕ ਮਿਲ ਜਾਏਗਾ, ਤੁਸੀਂ ਲੈ ਸਕਦੇ ਹੋ। ਦੈਨ ਜੇ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਸਾਡੇ ਨੂੰ ਕਾਲ ਵੀ ਕਰ ਸਕਦੇ ਹੋ। ਦੈਨ ਇਹ ਦੇਖੋ ਸਾਰਾ ਤੁਹਾਨੂੰ ਮੈਂ ਦੱਸਤਾ ਕਿ ਇਸ ਵਿੱਚ ਇੱਕ ਸਾਈਡ ਤੋਂ ਤੁਸੀਂ ਇਹ ਸਾਰੇ ਰੋਲ ਨੰਬਰ ਦੇਖ ਸਕਦੇ ਹੋ। ਠੀਕ ਹੈ ਜੀ, ਇੱਕ ਸਾਈਡ ਤੋਂ ਤੁਸੀਂ ਰੋਲ ਨੰਬਰ ਦੇਖ ਸਕਦੇ ਹੋ। ਇਸ ਸਾਈਡ ਤੋਂ ਜਿਹੜਾ ਯੈਸ ਨੋ ਲਿਖਿਆ ਆ ਰਿਹਾ ਉਸ ਵਿੱਚ ਉਹ ਦੱਸਿਆ ਜਾ ਰਿਹਾ ਕਿ ਕਿਹੜੀਆਂ ਅਲੋਟਮੈਂਟ ਕਿਸ ਹਿਸਾਬ ਸਿਰ ਹੋ ਸਕਦੀਆਂ ਕਿ ਇਸ ਰੋਲ ਨੰਬਰ ਨੂੰ ਤੁਸੀਂ ਜਾਂ ਤਾਂ 210 ਵਾਲੇ JEE 'ਚ ਜਾ ਸਕਦਾ ਹੋ ਜਾਂ ਜਿਹੜੀਆਂ ਸਥਾਈ ਪੋਸਟ ਹੈ ਜਾਂ ਸਥਾਈ ਪੋਸਟ ਆਈ ਦੀਆਂ ਜੂਨੀਅਰ ਇੰਜੀਨੀਅਰ ਦੀਆਂ ਇਸ ਵਿੱਚੋਂ ਜਿਸ ਮਰਜ਼ੀ ਤਰੀਕੇ ਨਾਲ ਉਹ ਅੱਗੇ ਜਾ ਸਕਦਾ ਹੈ। ਇਸ ਤਰੀਕੇ ਨਾਲ ਤੁਸੀਂ ਆਪਣਾ ਚੈੱਕ ਕਰ ਪਾਓਗੇ ਰੋਲ ਨੰਬਰ ਵਾਈਜ਼ ਤੁਸੀਂ ਚੈੱਕ ਕਰ ਪਾਓਗੇ ਕਿ ਤੁਹਾਡਾ ਰਿਜ਼ਲਟ ਤੁਹਾਨੂੰ ਕਿੱਥੇ ਦੇਖਣ ਨੂੰ ਮਿਲ ਰਿਹਾ। ਸੋ ਇਸ ਇਸ ਅੱਜ ਦੀ ਨਿਊਜ਼। ਸੋ ਥੈਂਕ ਯੂ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਾਡੇ ਐਫਰਟਸ ਅੱਛੇ ਲੱਗ ਰਹੇ ਨੇ ਪਲੀਜ਼ ਚੈਨਲ ਨੂੰ ਲਾਈਕ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ। ਥੈਂਕ ਯੂ ਵੈਰੀ ਮੱਚ।